ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪੰਜਾਬ ਵਾਸੀਆਂ ਦੇ ਨਾਲ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਤਹਿਤ ਅੱਜ ਹਲਕਾ ਸਦੂਲਗੜ੍ਹ ਵਿਖੇ 5 ਬੱਸ ਪਰਮਿਟ ਦਿੱਤੇ ਗਏ ਅਤੇ ਕਈ ਪਰਿਵਾਰਾਂ ਨੂੰ ਰੁਜ਼ਗਾਰ ਦਿੱਤਾ ਗਿਆ ਅਤੇ ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਸਿੰਘ ਮੋਫਰ ਵੱਲੋਂ ਪਰਮਿਟ ਵੰਡੇ ਗਏ ਉਹਨਾਂ ਦੇ ਨਾਲ SCM ਸਦੂਲਗੜ੍ਹ ਮੈਡਮ ਸਰਬਜੀਤ ਕੌਰ ਕਾਂਗਰਸੀ ਆਗੂ ਸਤਪਾਲ ਵਰਮਾ ਸਰਪੰਚ ਅਮਨਵੀਰ ਸਿੰਘ ਲਾਡੀ ਸੰਦੀਪ ਪੰਗੂ ਆਦਿ ਮੌਜੂਦ ਸਨ ਚੇਅਰਮੈਨ ਸਾਹਿਬ ਜੋ ਅੱਜ ਬੱਸ ਪਰਮਿਟ ਦਿੱਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਸੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਅਤੇ ਸਾਡੇ ਟਰਾਂਸਪੋਰਟ ਮਿਨਿਸਟਰ ਰਜ਼ੀਆ ਸੁਲਤਾਨਾ ਜੀ ਦਾ ਜਿਨ੍ਹਾਂ ਦੇ ਸਦਕਾ ਅੱਜ ਸਾਡਾ ਹਲਕਾ ਸਰਦੂਲਗੜ੍ਹ ਨੂੰ 5 ਮਿੰਨੀ ਬੱਸਾਂ ਦੇ ਪਰਮਿਟ ਦਿੱਤੇ ਗਏ ਨੇ ਇਹਦੇ ਨਾਲ ਤਕਰੀਬਨ 100 ਪਿੰਡ ਨੂੰ ਆਪਸ 'ਚ ਜੋੜਿਆ ਗਿਆ ਬਹੁਤ ਵਧੀਆ ਉਪਰਾਲਾ ਹੈ ਅਤੇ ਨਾਲ ਦੀ ਨਾਲ ਕਈ ਪਰਿਵਾਰਾਂ ਨੂੰ ਮਤਲਬ ਇੱਕ ਪਰਮਿਟ ਨਾਲ ਘੱਟੋ ਘੱਟ 10 ਤੋਂ 15 ਪਰਿਵਾਰ ਜੁੜੇ ਹੋਏ ਹੈ ਅਤੇ ਕਾਫੀ ਪਰਿਵਾਰਾਂ ਨੂੰ ਇਹਦੇ ਨਾਲ ਰੁਜ਼ਗਾਰ ਮਿਲੇਗਾ ਕੀ ਨਾਂ ਤੁਹਾਡਾ ਜੀ ਗਮਦੂਰ ਸਿੰਘ ਜੀ ਅੱਛਾ ਕੀ ਕਹਿਣਾ ਚਾਹੁੰਦੇ ਅੱਜ ਦੇ ਜੋ ਪਰਮਿਟ ਮਿਲੇ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਕੈਪਟਨ ਮੁੱਖ ਮੰਤਰੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਬੇਰੁਜ਼ਗਾਰਾਂ ਨੂੰ ਮਿੰਨੀ ਬੱਸਾਂ ਦੇ ਪਰਮਿਟ ਦਿੱਤੇ ਜੋ ਕਿ ਸਾਡੇ ਪਿੰਡਾਂ ਵਿੱਚ ਕੋਈ ਸਾਧਨ ਨਹੀਂ ਸੀ ਇਸ ਕਰਕੇ ਸਾਨੂੰ ਹੁਣ ਸਾਧਨ ਮਿਲ ਗਏ ਪਿਛਲੇ 10 ਸਾਲਾਂ ਤੋਂ ਅਸੀਂ ਤਾਂ ਕਦੇ ਪਰਮਿਟ ਹੀ ਨਹੀਂ ਦੇਖਿਆ ਨਾ ਹੀ ਸਾਨੂੰ ਪਤਾ ਸੀ ਬਿਨਾਂ ਕਿਸੇ ਰਿਸ਼ਵਤ ਤੋਂ ਖੱਜਲ ਖਵਾਰੀ ਤੋਂ ਸਾਨੂੰ ਘਰ ਬੈਠੇ ਪਰਮਿਟ ਮਿਲਿਆ ਅਸੀਂ ਕੈਪਟਨ ਸਾਹਿਬ ਦਾ ਅਤੇ ਸਾਡੇ ਵੱਡੇ ਵੀਰ ਬਿਕਰਮਜੀਤ ਸਿੰਘ ਜੀ ਮੋਪਰ ਸਾਹਿਬ ਦਾ ਬਹੁਤ ਹੈ ਦਿਲੋਂ ਧੰਨਵਾਦ ਕਰਦੇ ਹਾਂ